ਜਨਮਦਿਨ ਵਾਲੇ ਦਿਨ ਹੀ ਮੁੰਡੇ ਨੂੰ ਕੁੱਟ ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਦਰਅਸਲ ਇਹ ਮੁੰਡਾ ਜਦੋਂ ਜਨਮਦਿਨ ਦੇ ਮੌਕੇ ਤੇ ਆਪਣਾ ਸਮਾਨ ਲੈਣ ਦੇ ਲਈ ਬਾਜ਼ਾਰ ਦੇ ਵਿੱਚ ਰਾਤ ਨੂੰ ਗਿਆ ਤਾਂ ਉਸ ਸਮੇਂ ਇਸ ਦੇ ਉੱਤੇ ਕੁਝ ਬਦਮਾਸ਼ਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਤੇ ਹਮਲੇ ਦੇ ਕਾਰਨ ਇਹ ਮੁੰਡਾ ਗੰਭੀਰ ਰੂਪ ਨਾਲ ਜ਼ਖਮੀ ਹੋ ਜਾਂਦਾ ਹੈ ਤੇ ਸਿਰ ਦੇ ਵਿੱਚ ਕਿਹਾ ਜਾ ਰਿਹਾ ਕਿ ਡੂੰਘੀਆਂ ਸੱਟਾਂ ਲੱਗਦੀਆਂ ਨੇ, ਜਿਸ ਤੋਂ ਬਾਅਦ ਇਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ। ਪਰ ਬਦਮਾਸ਼ਾਂ ਦੀ ਹਿੰਮਤ ਇੰਨੀ ਸੀ ਕਿ ਉਹ ਹਸਪਤਾਲ ਵੀ ਇਸਦੇ ਪਿੱਛੇ ਪਿੱਛੇ ਪਹੁੰਚ ਜਾਂਦੇ ਨੇ ਤੇ ਉੱਥੇ ਜਾ ਕੇ ਵੀ ਇਸ ਦੀ ਮਾਂ ਦੇ ਸਾਹਮਣੇ ਹੀ ਇਸ ਨੂੰ ਮਾਰਨ ਦੀਆਂ ਧਮਕੀਆਂ ਦਿੰਦੇ ਨੇ। ਪਰਿਵਾਰ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਪਰ ਪੁਲਿਸ ਦੇ ਉੱਤੇ ਵੀ ਕਾਰਵਾਈ ਨਾ ਕਰਨ ਦੇ ਇਲਜ਼ਾਮ ਲੱਗੇ ਨੇ ਤੇ ਹੁਣ ਇਸ ਮੁੰਡੇ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ ਹੈ। ਤਾਂ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ 32 ਸਾਲ ਦੇ ਮੁੰਡੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਜਨਮ ਦਿਨ ਵਾਲੇ ਦਿਨ ਜਦੋਂ ਪਕੌੜੇ ਲੈਣ ਦੇ ਲਈ ਦੁਕਾਨ ਦੇ ਉੱਤੇ ਗਿਆ ਤਾਂ ਉੱਥੇ ਬਦਮਾਸ਼ਾਂ ਨੇ ਘੇਰ ਕੇ ਦੋਵੇਂ ਬਾਹਾਂ ਫੜ ਕੇ ਉਸਦੇ ਸਿਰ ਦੇ ਵਿੱਚ ਕਈ ਵਾਰ ਕੀਤੇ ਅਤੇ ਉਹ ਮੁੰਡਾ ਜ਼ਖਮੀ ਹਾਲਤ ਦੇ ਵਿੱਚ ਸੜਕ ਦੇ ਉੱਤੇ ਗਿਰ ਜਾਂਦਾ ਹੈ ਤੇ ਇਸ ਤੋਂ ਬਾਅਦ ਦੇ ਵਿੱਚ ਪਰਿਵਾਰਕ ਮੈਂਬਰ ਮੌਕੇ ਤੇ ਪਹੁੰਚਦੇ ਨੇ ਤੇ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਜਿੱਥੇ ਕਿ ਹੁਣ ਇਲਾਜ ਦੇ ਦੌਰਾਨ ਉਸਦੀ ਮੌਤ ਹੋ ਗਈ ਹੈ। ਤਾਂ ਗੁਰਦਾਸਪੁਰ ਤੋਂ ਇਹ ਮਾਮਲਾ ਸਾਹਮਣੇ ਆਇਆ, ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਰਿਵਾਰਕ ਮੈਂਬਰਾਂ ਦੇ ਵੱਲੋਂ ਲਗਾਤਾਰ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਪੁਲਿਸ ਨੇ ਜੇਕਰ ਸਮਾਂ ਰਹਿੰਦੇ ਕਾਰਵਾਈ ਕੀਤੀ ਹੁੰਦੀ ਤਾਂ ਅੱਜ ਦੋਸ਼ੀ ਜੋ ਸੀ ਉਹ ਸਲਾਖਾਂ ਦੇ ਪਿੱਛੇ ਹੁੰਦੇ ਅਤੇ ਉਸਦੇ ਮੁੰਡੇ ਦੀ ਜਾਨ ਬਚ ਸਕਦੀ ਸੀ। ਇਹ ਮੇਰਾ ਦੇਵਰ ਆ ਤੇ ਮੇਰਾ ਭਰਾ ਵਾ, ਰੱਖੜੀ ਤੇ ਮੇਰਾ ਭਰਾ ਖੋਲਿਆ, ਇਹਦਾ ਨਾਮ ਸੌਰਵ ਆ, ਸਾਡਾ ਵੀਰ ਖੋਲਿਆ ਰੱਖੜੀ ਤੇ, ਇਹਦੀ ਉਮਰ 32 ਸਾਲ ਸੀ, ਇਹਦੀ ਉਮਰ 32 ਸਾਲ ਸੀ, ਕੁਵਾਰਾ ਮੁੰਡਾ ਸੀਗਾ, 4 ਮਹੀਨੇ ਹੋਏ ਫਾਦਰ ਦੀ ਡੈਥ ਨੂੰ, ਇਹ ਦੁਕਾਨ 'ਤੇ ਜਾਂਦਾ ਸੀ, ਸਾਬੀ ਦੀ ਦੁਕਾਨ 'ਤੇ ਕੰਮ ਕਰਦਾ ਸੀ, ਮਾਲਕ ਛੱਡ ਕੇ ਗਿਆ ਇਹਨੂੰ 13 ਤਰੀਕ ਨੂੰ ਗਲੀ ਦੇ ਮੋੜ 'ਤੇ, ਘਰ ਆ ਕੇ ਕਹਿੰਦਾ ਮੰਮੀ ਕੀ ਬਣਾਇਆ, ਮੰਮੀ ਕਹਿੰਦੀ ਦਾਲ ਬਣਾਈ ਆ, ਕਹਿੰਦਾ ਮੈਂ ਪਕੌੜੇ ਲਿਆਉਂਦਾ ਬੰਟੀ ਦੀ ਦੁਕਾਨ ਤੋਂ, ਪਕੌੜੇ ਲੈਣ ਗਿਆ ਉੱਥੇ ਹੀ ਮਾਰ ਕੇ ਸਾਨੂੰ ਤਾਂ ਬਾਜ਼ਾਰ 'ਚੋਂ ਫੋਨ ਆਇਆ, ਭਰਾ ਦਾ ਚਿੰਤਪੁਰਨੀ ਗਿਆ ਸੀਗਾ, ਸਾਨੂੰ ਉੱਥੋਂ ਫੋਨ ਆਇਆ, ਇਹਨੂੰ ਸੱਟਾਂ ਮਾਰ ਗਏ ਸੀਗੇ ਸਿਰ ਪਾਟਾ, ਕੋਈ ਨਹੀਂ ਮੰਮੀ ਜਾ ਕੇ ਟਾਂਕੇ ਲਵਾ ਲਿਆਉਂਦੀ ਕਿਸੇ ਦੀ ਸ਼ਰਾਰਤ ਆ, ਜਦੋਂ ਅਸੀਂ ਗਏ ਮੁੰਡਾ ਮੰਨੇ ਰੂਹ ਆਇਆ ਦਾ ਚੀਚੀ ਵਾਲਾ ਹਸਪਤਾਲ ਲਿਆਇਆ, ਉਹਦੇ ਟਾਂਕੇ ਟੂੰਕੇ ਲਾ ਕੇ ਉਹਨੂੰ ਫਸਟ ਏਡ ਦਿੱਤਾ ਗਿਆ, ਉਹਨੂੰ ਫਸਟ ਏਡ ਦਿੱਤਾ ਗਿਆ। ਅਗਲੇ ਦਿਨ 14 ਤਰੀਕ ਨੂੰ ਇੱਥੇ ਆ ਕੇ ਮੇਰੀ ਮਾਂ ਇਕੱਲੀ ਸੀ, ਮੇਰਾ ਬੱਚਾ ਵਾ 1.5 ਸਾਲ ਦਾ, ਮੈਂ ਘਰ ਸੀ, ਉਹਨੂੰ ਲੈ ਕੇ ਇਹਨੂੰ ਇੱਥੇ ਐਮਰਜੈਂਸੀ ਦੇ ਅੱਗੇ ਧਮਕਾ ਕੇ ਗਏ ਗਾਰਡ ਦੇ ਸਾਹਮਣੇ, ਤੇਰਾ ਮੁੰਡਾ ਬੈੱਡ ਤੋਂ ਚੁੱਕ ਕੇ ਲੈ ਜਾਵਾਂਗੇ ਫਿਰ ਜੇ ਸਾਡੀ ਦਰਖਾਸਤ ਦਿੱਤੀ ਤੇ, ਸਾਨੂੰ ਖਤਰਾ ਹੀ ਖਤਰਾ ਸੀ, ਕਿਹਾ ਫਿਰ ਮਾਰਾਂਗੇ, ਸੰਨੀ ਡਾਂਗ ਕਪੂਰੀ ਗੇਟ ਦਾ, ਸੰਨੀ ਖੋਸਲਾ ਤਿਲਕੇ ਭਲਵਾਨ ਦਾ ਮੁੰਡਾ, ਅਮਰ ਖੋਸਲਾ, ਰਮਨ ਹਵਾਈ ਜਿਹਨੂੰ ਹਵਾ ਕਹਿੰਦੇ ਗਏ, ਹਵਾਈ ਕਹਿੰਦੇ ਆ, ਰਮਨ ਦਾ ਭਰਾ, ਨਾਲ ਗੋਲਾ ਬਾਨੂ ਆ ਨਾਮ ਨੇ, ਅਸੀਂ ਜਾ ਕੇ SHO ਨੂੰ ਦੋਵੇਂ ਜਨਾਨੀਆਂ ਬੱਚਾ ਲੈ ਕੇ ਗਈਆਂ, ਦਰਖਾਸਤ ਦਿੱਤੀ ਦੋਵਾਂ ਜਨਾਨੀਆਂ ਨੇ ਜਾ ਕੇ, ਸਾਡੀ ਜ਼ਿੰਦਗੀ ਸੇਫ ਨਹੀਂ ਹੋ, ਸਾਨੂੰ ਉਹਨਾਂ ਨੇ ਖਤਰਾ ਹੈ ਅਤੇ ਗਾਰਡ ਸਾਹਮਣੇ ਸਾਨੂੰ ਧਮਕੀ ਦੇ ਗਏ, ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ, ਕਾਰਨ ਕੋਈ ਨਹੀਂ, ਮੁੰਡਾ ਦੁਕਾਨ ਤੋਂ ਹੈ, 4 ਮਹੀਨੇ ਹੋ ਗਏ ਦੁਕਾਨ 'ਤੇ, ਕਾਰਨ ਇਹ ਮੁੰਡਾ ਨਸ਼ਾ ਨਹੀਂ ਕਰਦਾ ਜੀ, ਹੁਣ ਮੁੰਡਾ ਉਹਨਾਂ ਕੋਲ ਨਸ਼ਾ ਨਹੀਂ ਲੈਣ ਜਾਂਦਾ ਜੀ, ਹੁਣ ਕਾਰਨ ਇਹ ਸੀ, ਪਹਿਲਾਂ ਉਹਦਾ ਫੋਨ ਖੋਇਆ, ਉਹਨੇ ਫੋਨ ਨਹੀਂ ਦਿੱਤਾ, ਦੇਖੋ ਉਹਦਾ ਫੋਨ ਤੋੜਤਾ,
ਆ ਦੇਖੋ ਉਹਦਾ ਫੋਨ, ਉਹਦਾ ਫੋਨ ਦੀ ਡਿਸਪਲੇ ਤੋੜੀ ਇਹਨਾਂ ਨੇ ਖੋਨ ਦੀ, ਉਹਨੇ ਦਵਾ ਦਵਾ ਆਪਣੀ ਪੈਂਟ ਦੇ ਵਿੱਚ ਉਹਦੀ ਲਗਾ ਲਿਆ, ਦੋਨੇ ਬਾਹਾਂ ਫੜ ਕੇ ਐ ਕਰਕੇ ਬਾਹਾਂ ਫੜੀਆਂ, ਦੋ ਜਣਾ ਨੇ ਸਿਰ ਤੇ ਡਾਂਗਾ ਮਾਰੀਆਂ, ਸਿਰ ਫ੍ਰੈਕਚਰ ਕੀਤਾ, ਬਾਹ ਤੋੜੀ ਦੋ ਜਗ੍ਹਾ ਤੋਂ, ਹੱਥ ਟੁੱਟਾ ਦਾ, ਇੰਨੀ ਬਦਮਾਸ਼ੀ ਗੁੰਡਾਗਰਦੀ ਉੱਥੇ, ਪਕੌੜਿਆਂ ਵਾਲੀ ਦੁਕਾਨ ਦੇ ਅੰਦਰੋਂ ਕੱਢ ਕੇ ਲੱਕੜਾਂ ਸਿਰ ਚ ਮਾਰੀਆਂ, ਕੋਈ ਛਡਾਉਣ ਵਾਲਾ ਨਹੀਂ ਉੱਥੇ, ਛਡਾਉਣ ਵਾਲਾ ਨਹੀਂ ਬਾਜ਼ਾਰ ਚੋਂ ਜੰਮਿਆ। ਮੈਂ ਚਿੰਤਪੁਰਨੀ ਤੁਰ ਕਿਦਾਂ ਦੀ ਗੱਲ ਵਾ, ਇਹ 13 ਤਰੀਕ ਦੀ ਗੱਲ ਆ, ਮੰਗਲਵਾਰ ਦੀ ਰਾਤ ਦੀ ਗੱਲ ਆ, 9:30 ਵਜੇ ਕੱਲ ਸਾਨੂੰ ਫੋਨ ਕਰਾਇਆ ਕਿਸੇ ਕੋਲੋਂ, ਰਾਜੀਨਾਮਾ ਕਰ ਲਓ 10,000 ਲੈ ਕੇ, ਨਹੀਂ ਤੇ ਮੈਂ ਪਕੌੜਾ ਹੋ ਕੇ ਤੁਹਾਨੂੰ ਸਾਰੇ ਟੱਬਰ ਨੂੰ ਮਾਰ ਦਾਂਗਾ। ਕੰਪਲੇਨ ਕੀਤੀ SHO ਨੂੰ, ਅਸੀਂ ਕੀਤੀ, ਸਾਡਾ ਮੁੰਡਾ ਮਾਰ ਕੇ ਗਏ ਆ ਤੇ ਸਾਡੀ ਮਾਂ ਨੂੰ ਵੀ ਧਮਕੀ ਦੇ ਕੇ ਗਏ, MR ਕੱਟੀ, ਇੱਥੋਂ ਸਭ ਕੁਛ ਹੋਇਆ, ਅਜੇ ਤੱਕ ਸਾਡੀ ਪੁਲਿਸ ਨੇ ਸੁਣਵਾਈ ਨਹੀਂ ਕੀਤੀ। ਸਾਡਾ SHO ਸਿਟੀ ਦਾ ਬਲਵਿੰਦਰ ਸਿੰਘ SHO, ਮੈਂ ਫੋਨ ਤੇ ਵੀ ਫੋਨ ਕੀਤੇ, ਮੈਂ ਫਿਰ ਇੱਥੇ ਜਦੋਂ ਬਿਆਨ ਲੈਣ ਆਇਆ ਪੁਲਿਸ ਵਾਲਾ ਕੀ ਕਹਿੰਦਾ ਸੁਣੋ, ਹੱਡੀ ਟੁੱਟੀ, ਕਹਿੰਦਾ ਪਲਸਤਰ ਲਵਾ ਲਾ, ਪੈਸੇ ਖਾਧੇ ਆ, ਇਹ ਤੇ ਮੈਨੂੰ ਲੱਗਦਾ ਨੇਤਾ ਦੇ ਹੱਥ ਨੇ ਕਿਸੇ ਦੇ, ਉਹਨਾਂ ਪਿੱਛੇ ਜਿਹੜੇ ਬਚਾਈ ਜਾਂਦੇ ਨੇ ਉਹਨਾਂ ਨੂੰ, ਇਹ ਕਿੰਨਿਆਂ ਦੇ ਪੁੱਤ ਮਾਰਨੇ ਨੇ ਉਹਨਾਂ ਨੇ, ਕਈਆਂ ਦੇ ਪੁੱਤ ਉੱਥੇ ਸਿਰ ਪਾੜ ਪਾੜ ਕੇ ਸੁੱਟਦੇ ਨੇ, ਕਹਿੰਦਾ ਸਾਰਾ ਟੱਬਰ ਖਤਮ ਕਰਦੇ, ਫੇਰ ਮਾਰਾਂਗੇ ਤੁਹਾਨੂੰ, ਅਸੀਂ ਸੇਫ ਨਹੀਂ ਹੈਗੇ, ਕੀ ਕਰੇਗਾ, ਕੀ ਕਰੇਗਾ ਕੱਲਾ ਬੰਦਾ, ਕੀ ਕਰੇਗਾ। ਵੇਖੋ ਜੀ, ਜੋ ਮੈਨੂੰ MLR ਮਿਲੀ, ਮੈਂ ਡਾਕਟਰ ਸਾਹਿਬ ਕੋਲ ਆਇਆ, ਡਾਕਟਰ ਸਾਹਿਬ ਨੇ ਕਿਹਾ ਕਿ ਮੁੰਡਾ ਬਿਆਨ ਦੇਣ ਦੇ ਫੇਟ ਵਾ, ਮੈਂ ਇਹਦੇ ਬਿਆਨ ਲਿਖੇ, ਮੈਂ ਡਾਕਟਰ ਸਾਹਿਬ ਕਹਿੰਦੇ ਬਿਆਨ ਦੇਣ ਦੇ ਫੇਟ ਆ, ਇਹਦੀ ਬਿਆਨ ਲਿਖਾਓ ਆਣ ਕੇ, ਉਹ ਕਹਿੰਦਾ ਕਿ ਮੇਰੀ ਹਾਲੇ ਜਿਹੜੀ MLR ਆ ਨਾ ਉੱਥੇ ਐਕਸੀਡੈਂਟ ਰਿਪੋਰਟ ਨਹੀਂ ਮੈਨੂੰ ਮਿਲੀ, ਅਤੇ ਮੈਂ ਡਾਕਟਰ ਸਾਹਿਬ ਨਾਲ ਗੱਲ ਕਰ ਲਓ ਜਾ ਕੇ, ਤੁਹਾਨੂੰ ਨਹੀਂ ਐਕਸੀਡੈਂਟ ਰਿਪੋਰਟ ਮਿਲੀ, ਅਤੇ ਮੇਰੇ ਨਾਲ ਆਇਆ ਮੁੰਡਾ ਬੈੱਡ ਦੇ ਉੱਤੋਂ, ਡਾਕਟਰ ਸਾਹਿਬ ਉਹਨੇ ਆਪ ਗੱਲ ਕੀਤੀ ਆਣ ਕੇ ਕਿ ਮੇਰੀ ਐਕਸੀਡੈਂਟ ਰਿਪੋਰਟ ਦਿਉ, ਡਾਕਟਰ ਸਾਹਿਬ ਕਹਿੰਦੇ ਮੈਂ ਨਹੀਂ ਬਣਦੀ, ਦੂਜੇ ਡਾਕਟਰ ਹੱਡੀ ਵਾਲੇ ਨੂੰ ਦੇਣੀ ਆ, ਇਹ ਡਾਕਟਰ ਸਾਹਿਬ ਰਿਪੋਰਟ ਦੇਣਗੇ ਅਤੇ ਜੋ ਤੁਹਾਡਾ ਬਣਦਾ ਉਹ ਸਿਰ ਤੁਹਾਨੂੰ ਰਿਪੋਰਟ ਦੇ ਦਾਂਗੇ। ਫਿਰ ਮੈਨੂੰ ਆਪਣਾ ਨੰਬਰ ਦੇ ਕੇ ਗਿਆ ਡਾਕਟਰ ਸਾਹਿਬ, ਕਹਿੰਦੇ ਕਿ ਇਹਦਾ ਜੋ ਵੀ ਬਣਦਾ ਤੁਸੀਂ ਰਿਪੋਰਟ ਦੇਣਗੇ, ਮੈਂ ਆਪਣਾ ਨੰਬਰ ਦੇ ਗਿਆ, ਜੋ ਵੀ ਤੁਸੀਂ ਕਾਰਵਾਈ ਕਰਾਉਣੀ ਮੈਨੂੰ ਕਰਾ ਦਿਓ, ਮੁੰਡੇ ਨੇ ਆਪ ਮੇਰੇ ਬਿਆਨ ਲਿਖਾਏ ਸੀ, ਬੀਬੀ ਫਿਰ ਗੱਲ ਕਰ ਲਓ ਮੇਰੀ ਗੱਲ, ਮੈਂ ਵੇਖੋ ਇਹ ਵੀ ਆਰੋਪ ਆ ਕੇ ਉਹਨੂੰ ਧਮਕੀਆਂ ਮਾਰਨ ਦੀਆਂ ਜਿਹੜੀਆਂ ਦਿੱਤੀਆਂ ਜਾ ਰਹੀਆਂ ਸੀ, ਜਿਹੜੇ ਸੰਬੰਧ ਵਿੱਚ ਪੁਲਿਸ ਨੂੰ ਦੱਸਿਆ ਗਿਆ। ਵੇਖੋ ਦੋਵਾਂ ਤਰ੍ਹਾਂ ਦੇ, ਵੇਖੋ ਦੋਵਾਂ ਤਰ੍ਹਾਂ ਦੇ ਬੰਦੇ, ਦੋ ਬੰਦੇ ਦਾਖਲ ਸੀ ਅਤੇ ਇੱਕ ਪਾਰਟੀ ਉਹਨਾਂ ਦਾ ਦਾਖਲ, ਇੱਕ ਇਹਨਾਂ ਦਾ ਬੰਦਾ ਦਾਖਲ ਸੀ, ਯਾਰ ਮੇਰੇ ਕੋਲ ਹਾਂਜੀ, ਦੋਵਾਂ ਪਾਰਟੀਆਂ ਦੇ ਬੰਦੇ ਦਾਖਲ, ਦੋਵਾਂ ਬੰਦਿਆਂ ਦੇ ਆਪਣੇ ਆਣ ਕੇ ਬਿਆਨ ਲਿਖੇ ਆ, ਇਹਨਾਂ ਨੇ ਵੀ ਕਿਹਾ ਕਿ ਸਾਡਾ ਕੰਪਰੋਮਾਈਜ਼ ਹੋ ਰਿਹਾ, ਉਹਨਾਂ ਵੀ ਕਿਹਾ ਸਾਡਾ ਕੰਪਰੋਮਾਈਜ਼ ਹੋ ਰਿਹਾ, ਮੈਂ ਜਾ ਕੇ ਰੋਜ਼ਨਾਮੇ ਸਾਡੇ ਡਾਕਟਰ ਲਿਖ ਦਿੱਤੀ ਆ, ਇਹਨਾਂ ਨੂੰ ਫੋਨ ਨੰਬਰ ਦਿੱਤਾ, ਜੇ ਤੁਹਾਡਾ ਨਹੀਂ ਕੋਈ ਗੱਲ ਬਣਦੀ ਤਾਂ ਮੈਨੂੰ ਫੋਨ ਵਾਸ ਕਰੋ, ਤਾਂ ਮੈਂ ਤੁਹਾਡੇ ਕੋਲ ਆਪ ਆਵਾਂਗਾ, ਅਤੇ ਜਿੱਥੇ ਤੁਹਾਡਾ ਮੁੰਡਾ ਦਾਖਲ, ਡਾਕਟਰ ਰੈਫਰ ਕਰਦੇ, ਉੱਥੇ ਮੈਂ ਆਜੂੰਗਾ ਅਤੇ ਮੈਨੂੰ ਬਿਆਨ ਲਿਖਾ ਜੋ ਤੁਹਾਡੇ ਕਾਰਵਾਈ ਕਰਾਉਣੀ ਕਰਾ ਲਿਓ। ਦੋਵੇਂ ਪਾਰਟੀਆਂ ਬੰਦੇ ਦਾਖਲ ਸੀ ਇੱਥੇ, ਉਹ ਵੀ ਦਾਖਲੀ ਮੁੰਡਾ, ਇਹ ਵੀ ਦਾਖਲੀ ਸੀ ਇਹਨਾਂ ਦਾ ਵੀ, ਅਤੇ ਜੇਕਰ ਸਾਡੇ ਸਾਹਮਣੇ ਕੋਈ ਹੁੰਦਾ ਤਾਂ ਮੈਂ ਕਾਰਵਾਈ ਬੰਦ ਕਰ ਦੇਣੀ ਸੀ, ਜੇ ਪਰਚੇ ਤੋਂ ਬਾਹਰ ਹੀ ਕਾਰਵਾਈ ਹੋਣੀ, ਕਰਚਾ ਕੇਸ ਰਜਿਸਟਰ ਹੁੰਦਾ ਜੀ। ਵੇਖੋ ਜੀ, ਹੁਣ ਬਿਆਨ ਲਿਖਾਉਣ ਗਏ, ਸਾਨੂੰ ਹੁਣੇ ਫੋਨ ਗਿਆ ਮਾਤਾ ਜੀ ਦਾ, ਇਹਨਾਂ ਜੀ ਦਾ ਮੁੰਡੇ ਜੀ ਦਾ ਕਿ ਮੁੰਡੇ ਡੈਥ ਹੋ ਗਈ, ਭਰਜਾਈ ਨੇ ਕੀਤਾ, ਮਾਤਾ ਜੀ ਨੇ ਨਹੀਂ ਕੀਤਾ, ਭਰਜਾਈ ਹੋਏ ਨਾਲ ਜਾ ਕੇ ਦਰਖਾਸਤ ਦੇ ਕੇ। ਚਲੋ ਮੈਨੂੰ ਭੈਣ ਜੀ ਪਤਾ, ਲੇਡੀ ਨੇ ਫੋਨ ਕੀਤਾ ਮੈਨੂੰ, ਇੱਕ ਨੇ ਕਿ ਮੁੰਡੇ ਡੈਥ ਹੋ ਗਈ ਆ, ਉਹੀ ਉਸੇ ਤਰ੍ਹਾਂ ਤੋਂ ਮੁੜ ਕੇ ਹਸਪਤਾਲ ਪਹੁੰਚੇ ਆ ਕਿ ਚੰਗਾ ਭਲਾ ਮੁੰਡਾ ਕੀ ਹੋ ਗਿਆ ਜਿਹਨੂੰ ਅਚਾਨਕ ਡੈਥ ਹੋ ਗਈ, ਇਹਨੇ ਮੁੰਡੇ ਰੈਫਰ ਕੀਤਾ ਕਿ ਹਸਪਿਟਲ, ਉਸ ਇਲਾਜ ਸਹੀ ਨਹੀਂ, ਪਤਾ ਕੀ ਹੋਇਆ ਇਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ, ਮੈਂ ਨਹੀਂ ਕਹਿ ਸਕਦਾ।